ਜਦੋਂ ਅੱਜ ਪਤਾ ਲੱਗੂ ਸੱਚ ਪਤਾ ਨਹੀਂ ਆਇਆ ਜਾਂ ਨਹੀਂ ਕਿ ਇਲੈਕਸ਼ਨ ਕਮਿਸ਼ਨ ਕੀ ਕਹਿੰਦੀ ਹੈ ਕਿ ਇਲੈਕਸ਼ਨ ਕੈਸੇ ਲੜੀ ਜਾਏਗੀ ਪਰ ਜਦ ਇਹ ਪਤਾ ਲੱਗੂਗਾ ਕਿ ਜਨਰਲ ਆਪਾਂ ਕਰ ਸਕਦੇ ਹਾਂ ਵੱਡੇ ਮੀਟਿੰਗਾਂ ਅਸੀਂ ਪ੍ਰਾਈਮ ਮਿਨਿਸਟਰ ਨੂੰ ਜ਼ਰੂਰ ਬੁਲਾਵਾਂਗੇ ਮਹਾਰਾਣੀ ਪ੍ਰਨੀਤ ਕੌਰ ਜੀ ਤੁਹਾਡਾ ਪ੍ਰਚਾਰ ਕਰਨਗੇ ਜਾਂ ਕਾਂਗਰਸ ਦਾ ਪ੍ਰਚਾਰ ਕਰਨਗੇ ਪਹਿਲੀ ਵਾਰ ਹੈ ਮਹਾਰਾਣੀ ਪੁੱਛੋ ਥੋੜਾ ਕੈਮਰਾ ਨਹੀਂ ਨਵਜੋਤ ਸਿੰਘ ਸਿੱਧੂ ਇੱਕ ਇਲਜ਼ਾਮ ਲਾ ਰਹੇ ਆ ਕਿ ਮਜੀਠੀਏ ਨੂੰ ਕੈਪਟਨ ਸਾਹਿਬ ਸਾਰਿਆਂ ਨੇ ਰਲ ਕੇ ਖੜਾ ਕੀਤਾ ਕੀ ਕਹੋਗੇ ਤੁਸੀਂ ਉਹ ਬਈ ਸੁਣੋ ਮਜੀਠੀਏ ਦੇ ਨਾਲ ਨਾ ਮੇਰਾ ਮੈਨੂੰ ਕਹਿੰਦੇ ਨਹੀਂ ਮੇਰਾ ਚਾਚਾ ਮੈਂ ਚਾਚਾ ਲੱਗਦਾ ਹਾਂਜੀ ਹਾਂਜੀ ਕਿਹਨੂੰ ਚਾਚਾ ਲੱਗਦਾ ਮੈਂ ਸਿੱਧੂ ਨਾਲ ਸਿੱਧੂ ਨਾਲ ਇਹ ਹੋਏਗਾ ਕਿ ਜਦੋਂ ਇਹ ਪਾਰਲੀਮੈਂਟ ਐਮਪੀ ਜਿੱਤਿਆ ਉਥੋਂ ਉਹ ਤਿੰਨੋਂ ਵਾਰ ਬੀਜੇਪੀ ਦੇ ਨਾਲ ਜਿੱਤਿਆ ਉਹ ਸੀਟ ਦੇ ਵਿੱਚ 38% ਹਿੰਦੂ ਹੈ 32% ਸ਼ਡਿਊਲ ਕਾਸਟ ਹੈ ਔਰ ਬਾਕੀ ਕੋਈ 20-25% ਬਾਕੀ ਮਿਕਸ ਹੈ ਅੱਜ ਲਿਖਾ ਲਓ ਉਥੋਂ ਕਿ ਸਿੱਧੂ ਦਾ ਬੁਰਾ ਹਾਲ ਬਣ ਰਿਹਾ ਨਵਜੋਤ ਸਿੰਘ ਸਿੱਧੂ ਆਪਕੋ ਚੈਲੰਜ ਕਰ ਰਹੇ ਹੈ ਕਿ ਆਪ ਵਹਾਂ ਸੇ ਅੰਮ੍ਰਿਤਸਰ ਮੈਂ ਤਾਂ ਉਸੇ ਕੀ ਬਾਤ ਕਰ ਰਹਾ ਹੂੰ ਆਪਕੋ ਚੈਲੰਜ ਕਰ ਰਹੇ ਹੈ ਕਿ ਆਪ ਵੀ ਵਹਾਂ ਸੇ ਇਲੈਕਸ਼ਨ ਲੜੇ ਮੈਂ ਕਿਉਂ ਲੜੂੰ ਕੋਈ ਔਰ ਹਮਾਰਾ ਹਮਾਰਾ ਲੜਕਾ ਕੋਈ ਜਾ ਕੇ ਲੜੇਗਾ ਮੈਂ ਜਾ ਕੇ ਕੰਮ ਕਾ ਉੱਥੇ ਸਰ ਇਲੈਕਸ਼ਨ ਇਲੈਕਸ਼ਨ ਦੇ ਦੌਰਾਨ ਲੈਂਗੁਏਜ ਜਿਹੜੀ ਹੈਗੀ ਬੜੀ ਜਿਹੜੀ ਗਲਤ ਦਰਿਆ ਦੇ ਸਰ ਕੀ ਲੱਗਦਾ ਕਿ ਇਹ ਥਿੰਕ ਇਸ ਵੈਰੀ ਰੋਂਗ ਇਟ ਇਜ਼ ਨਾਟ ਓਨਲੀ ਇਲੈਕਸ਼ਨ ਇਲੈਕਸ਼ਨ ਤੋਂ ਪਹਿਲਾਂ ਵੀ ਇਲੈਕਸ਼ਨ ਤੋਂ ਬਾਅਦ ਆਪਾਂ ਡੇਲੀ ਨਹੀਂ ਦੇਖ ਰਹੇ ਕਿ ਕਿਆ ਕਰਵਾਰਾ ਜਾ ਰਿਹਾ ਕਿਆ ਸਿੱਧੂ ਚੰਨੀ ਕਹਿ ਰਿਹਾ ਕਿ ਸਿੱਧੂ ਕਹਿ ਰਿਹਾ ਕਿ ਹੋਰ ਕਰ ਰਿਹਾ ਕਿ ਡਾਕਟਰ ਸਾਹਿਬ ਤੁਸੀਂ ਕਿਸਾਨੀ ਨੂੰ ਬਹੁਤ ਪਿਆਰ ਕੀਤਾ ਤੁਸੀਂ ਜਿਹੜਾ ਹੁਣ ਬਣ ਚੁੱਕਿਆ ਇਹ ਜਦ ਤੱਕ ਆਪਾਂ ਕੀ ਸਿਖਾ ਰਹੇ ਆਪਣੇ ਬੱਚਿਆਂ ਨੂੰ ਦੱਸੋ ਵਾਟ ਆ ਵੀ ਟੀਚਿੰਗ ਅੱਜ ਤੁਸੀਂ ਕਿਸਾਨੀ ਨੂੰ ਬਹੁਤ ਪਿਆਰ ਕੀਤਾ ਹੈ ਤੇ ਜਿਹੜੇ ਕਿਸਾਨ ਤੁਹਾਡੀ ਕਦਰ ਵੀ ਕਰਦੇ ਨੇ ਇਸ ਵਾਰੀ ਉਹ ਚੋਣ ਮੈਦਾਨ ਵਿੱਚ ਨੇ ਤੁਸੀਂ ਵੇਖ ਰਹੇ ਹੋ ਕਿੱਦਾਂ ਦਾ ਧਰਾਤਲ ਵੇਖ ਰਹੇ ਹੋ ਉਹਨਾਂ ਦਾ ਚੋਣ ਮੈਦਾਨ ਦੇਖੋ ਉਹਨਾਂ ਦਾ ਪੂਰਾ ਹੱਕ ਹੈ ਜੋ ਉਹ ਕਰਨਾ ਚਾਹੁੰਦੇ ਨੇ ਲੋਕ ਰਹੀ ਹੈ ਕਿ ਮੈਂ ਇੰਨਾ ਕੀਤਾ ਮੈਂ ਕਿ ਮੈਂ ਉਹਨਾਂ ਨੂੰ ਨਹੀਂ ਰੋਕਿਆ ਜਾਣ ਤੋਂ ਦਿੰਦੀ ਮੈਂ ਜਿਹੜੇ ਬੰਦੇ ਉਹਨਾਂ ਦੇ ਵਿੱਚ ਸ਼ਹੀਦ ਹੋਏ ਨੇ 407 ਉਹਨਾਂ ਨੂੰ 5 ਲੱਖ ਰੁਪਈਆ ਔਰ ਇੱਕ ਨੌਕਰੀ ਦਿੱਤੀ ਹੈ ਇਕੱਲੇ ਨੂੰ ਐਂਡ ਜਿਹੜੇ ਉਰੇ 132 ਦੇ ਕਰੀਬ ਏਰੀਆ ਸੇ ਜਿੱਥੇ ਕਿਸਾਨਾਂ ਨੇ ਬੰਦ ਕੀਤੇ ਸੀ ਅਡਾਨੀ ਦੇ ਜਾਂ ਅੰਬਾਨੀ ਦੇ ਜਾਂ ਕਿਸੇ ਹੋਰ ਐਸੀ ਕਾਰਪੋਰੇਸ਼ਨ ਦੇ ਮੈਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕਦੇ ਅਸੀਂ ਕਨਫਰੰਟੇਸ਼ਨ 'ਚ ਨਹੀਂ ਪਏ पंजाब के कैसे वादा खिलाफ डे मना रहे किसान आज आंदोलन खत्म हो चुका है आंदोलन का मतलब है नहीं मैं आंदोलन तो उन्होंने आप ही खत्म करता कि जदो देखो इशू की थे तीन थोड़े बिल कंटेंशियस बिल से पार्लियामेंट के तीन बिल से ना जो प्राइम मिनिस्टर ने बिल वापस करते फिर कॉन्फ्रंटेशन की रहेगी सर आज वो वादा खिलाफी डे मना रहे उसके ऊपर पूछ रहे भी वो ठीक है वो तो जो उन्होंने करना है वो करें लेकिन मैं आपको बता रहा हूँ जो असलियत है असलियत ये है कि जो बिल्स आए थे पार्लियामेंट में वो विड्रॉ हो गए जो किसान चाहते थे वो गवर्नमेंट ने कर दिया तो रह क्या गया लड़ाई लड़ने का सर आपके बहुत सारे कैंडिडेट्स हैं वो आपके चुनाव पे चिन्ह नहीं चुनाव लड़ना चाह रहे भाजपा किस पे लड़ना चाह रहे देखिए आप भी समझो आज आज आपने पता नहीं कितने किसी ने देखा होना सोशल मीडिया के ऊपर 7 मेरे कैंडिडेट असी शहर तो कट के पिंडा के पाए ने क्यों क्योंकि असी समझते से कि पिंडा के सिचुएशन बैटर 4 कैंडिडेट पिंडा तो कट के मैं शहर पाए ने वो बिकॉज असी समझते से कि 2 लुधियाने के मित्तल जी ने उत्थे एंड अपना प्रेजिडेंट जगमोहन शर्मा जी एंड एक अपना नंबरदार ने इत्थे दे अपने बठिंडे दे इन्हां नूं मैं उत्थे शहर दे विच पावां वो सानू सूट करेगा दैट इज़ द तब्दीली असी कीती उहदा सदा लोकल चेंज लोकल सर कितनी सीटें आ जाएंगी गठबंधन को देखो मैं कोई पंडित है नहीं पंडित मैं थोनू इना दस सकता कि गवर्नमेंट 100% बनेगा यही तो मैं समझदा कि चाह की हुंदी है चाह हुंदी है कि जिहड़े तुहाडे लोकां दे नुमाइंदे ने ओह चुनण आखिरकार MLA कौन है आपां MLA बनाउने आ फिर वो MLA बन जांदे ने लोगां दे रिप्रेजेंटेटिव वह चुनदे ने कि साडे MLA कौन बनेगा ये सिस्टम है एक कॉन्स्टिट्यूशन या पार्लीमेंट चोए या असैम्बली चोए ये सिस्टम है हुण ये कहना कि जी लोगों नूं पुछांगे हुण तुसीं 3 करोड़ पंजाबियों नूं कित्थों फड़ोगे पुछण नूं दिस इज जस्ट कहण दीआं गल्लां ने